ਸਰ, ਜਿਹੜੇ ਕਿ ਅੱਜ ਤੁਹਾਡੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਕੀ ਮੋਟਿਵ ਸੀ ਜਿਹਨੂੰ ਲੈ ਕੇ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਆ? ਮੈਂ ਗੁਰਮੀਤਲਾ ਬਿੱਟੂ, ਪ੍ਰਧਾਨ ਏਕਤਾ ਪਾਰਟੀ, ਔਰ ਪਾਰਟੀ ਦੇ ਨਾਲ ਨਾਲ ਮੇਰਾ ਆਪਣਾ ਖੁਦ ਦਾ ਜਿਹੜਾ ਵਾ ਪ੍ਰੋਪਰਟੀ ਦਾ ਕਾਰੋਬਾਰ ਹੈਗਾ, ਔਰ ਆਫਿਸ ਮੇਰਾ ਜਿਹੜਾ ਵਾ ਜਲੰਧਰ ਚਿੰਤਪੁਰਨੀ ਮੰਦਰ ਲਾਗੇ ਹੈਗਾ। ਮੈਂ ਪਿਛਲੇ 4 ਕੁ ਮਹੀਨੇ ਪਹਿਲਾਂ ਮੋਤੀ ਬਾਗ ਦੇ ਵਿੱਚ ਇੱਕ 7 ਮਰਲੇ ਦੇ ਵਿੱਚ ਵੀ ਖਰੀਦੀ ਸੀਗੀ। ਉਹ ਜਿਹੜੀ ਪ੍ਰੋਪਰਟੀ ਸੀਗੀ ਉਹ ਹਿੰਮਤ ਸਿੰਘ ਬਰਿੰਦਪੁਰ ਵਾਲੇ ਜਿਹੜੇ ਰੈਂਸ ਪੰਪ ਵਾਲੇ ਸੀਗੇ, ਉਹਨਾਂ ਨੇ ਗਾਂ ਜਿਹੜੀ ਵੇਚੀ ਮਨਿੰਦਰ ਸਿੰਘ ਨੂੰ ਵੇਚੀ, ਅਤੇ ਮਨਿੰਦਰ ਸਿੰਘ ਦੇ ਨਾਲ ਜਿਹੜਾ ਦਾਰਾ ਕੰਮ ਕਰਦਾ, ਦਾਰੇ ਨੂੰ ਮੈਂ ਪਹਿਲਾਂ ਵੀ ਕਾਫੀ ਪ੍ਰੋਪਰਟੀਆਂ ਦਵਾਈਆਂ, ਲੱਖਾਂ ਦੇ ਇਹਨਾਂ ਨੂੰ ਮੈਂ ਪੈਸੇ ਕਮਾ ਕੇ ਦਿੱਤੇ ਆ। ਉਹ ਜਦੋਂ ਮੇਰੀ ਦਾਰੇ ਨਾਲ ਗੱਲ ਹੋਈ, ਉਹ ਕਹਿੰਦਾ ਵੀ ਮਣੀ ਨੇ ਕਰਨਾ ਜੋ ਕਰਨਾ, ਔਰ ਮਣੀ ਨਾਲ ਮੇਰੀ ਗੱਲ ਹੋਈ। ਜਦੋਂ ਤਹਿਸੀਲੇ ਪ੍ਰੋਪਰਟੀ ਅਸੀਂ ਲਿਖਾਈ ਆ ਮਣੀ ਕੋਲੋਂ, ਮਣੀ ਲਿਖਾਉਣ ਤੋਂ ਬਾਅਦ ਮੈਂ ਆਪਣੇ ਘਰ ਆ ਗਿਆ। ਜਦੋਂ ਮੈਂ ਇਹਨਾਂ ਨੂੰ ਮੈਂ ਕਹਿਣ ਕੇ ਪੈਸੇ ਲੈ ਜਾਓ, ਮੈਂ ਇਹਨਾਂ ਨੂੰ ਕਰਜ਼ਾ ਬਾਅਦ 'ਚ ਲਿਆ ਵਾ 1,00,000 ਰੁਪਇਆ ਜਿਹੜਾ ਮੈਂ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਇਹਨਾਂ ਨੂੰ ਮੈਂ ਪੇਮੈਂਟ ਕੀਤੀ। ਉਹ ਜਦੋਂ ਮਣੀ ਪੇਮੈਂਟ ਲੈਣ ਆਇਆ ਕਿ ਮਣੀ ਉਹ ਤੋਲ ਕੇ ਜਿਹੜਾ ਉਹਨੇ ਦੇਖਿਆ ਕਿ ਪੈਸੇ ਜਿਹੜੇ ਆ ਪੂਰੇ ਹੈਗੇ ਆ। ਉਹ ਜਦੋਂ ਅਸੀਂ ਚਾਬੀ ਲਈ ਹੈ ਉੱਥੇ ਸਫਾਈ ਵਾਸਤੇ ਬੰਦੇ ਲਾਏ, ਉਹ ਤੋਂ ਬਾਅਦ ਜਿੰਦਾ ਹਸਪਤਾਲ ਸਾਡਾ ਲੱਗਾ ਸੀਗਾ, ਗਾਹਕ ਮੇਰੇ ਕੋਲ ਆਇਆ, ਮੈਂ ਦਿਖਾਉਣ ਜਦੋਂ ਗਿਆ ਅਤੇ ਉੱਥੇ ਮੈਂ ਸੁਜਿੰਦਰਾ ਜਿਹੜਾ ਕਿਸੇ ਹੋਰ ਦਾ ਲੱਗਾ ਸੀਗਾ। ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ, ਇਹਨਾਂ ਤੁਰੰਤ ਹੀ ਮੈਂ ਸਮਝਦਾ ਵੀ ਉਸੇ ਵੇਲੇ 2 ਘੰਟਿਆਂ ਜਿੰਦਰਾ ਉਹਦਾ ਤੋੜ ਕੇ ਜਿੰਦਰਾ ਫਿਰ ਇਹਨਾਂ ਨੇ ਆਪਣਾ ਜਿਹੜਾ ਲਾ ਤਾ ਉੱਤੇ। ਔਰ ਮੈਨੂੰ ਕਹਿੰਦਾ ਭਲਾ ਜੀ ਕੋਈ ਵੀ ਗੱਲਬਾਤ ਹੋ ਗਈ ਤਾਂ ਜ਼ਿੰਮੇਵਾਰੀ ਸਾਡੀ ਹੈ, ਕਿਉਂਕਿ ਅਸੀਂ ਸੌਦਾ ਖਰੀਦਿਆ ਹੀ ਸਾਫ਼ ਸੀਗਾ, ਕੋਈ ਝਗੜੇ ਵਾਲਾ ਸੌਦਾ ਨਹੀਂ ਕੀਤਾ, ਸਾਫ਼ ਖਰੀਦਿਆ ਸੀ ਅਸੀਂ। ਜਦੋਂ ਇਹਨਾਂ ਕੋਲ ਵਾਰ ਵਾਰ ਮੈਂ ਕਾਗਜ਼ ਮੰਗਦਾ ਸੀਗਾ ਕਿ ਮੈਨੂੰ ਅਸਲੀ ਕਾਗਜ਼ ਦਿਓ, ਅਸਲੀ ਕਾਗਜ਼ ਦਿਓ, ਫੋਟੋ ਕਾਪੀਆਂ 'ਚ ਕੋਈ ਰੁਪਈਆ ਵੀ ਨਹੀਂ ਹੁੰਦਾ, ਪਰ ਮੈਂ ਤੁਹਾਨੂੰ ਜਿਹੜਾ 1,00,000 ਰੁਪਇਆ ਜਿਹੜਾ ਉਹ ਤੁਹਾਨੂੰ ਮੈਂ ਆਪਣੇ ਘਰ ਬੁਲਾ ਕੇ ਤੁਹਾਨੂੰ ਪੇਮੈਂਟ ਕਰਦੀ ਹੈ। ਔਰ ਜਦੋਂ ਫਿਰ ਕੋਈ ਦੁਬਾਰਾ ਗਾਹਕ ਮੇਰੇ ਕੋਲ ਆਇਆ, ਜਦੋਂ ਫਿਰ ਗਿਆ ਤਾਂ ਜੰਦਰਾ ਜਿਹੜਾ ਉਹ ਫਿਰ ਟੁੱਟਾ ਪਿਆ ਸੀਗਾ। ਉਹ ਜਿਹੜੇ ਬੰਦੇ ਜੰਦਰਾ ਲਾਇਆ ਸੀਗਾ ਉਹ ਬੰਦੇ ਨੇ CT2 ਦੇ ਵਿੱਚ ਰਖਾ ਦਿੱਤੀ ਪਈ ਸੀਗੀ ਦਾਰੇ ਦੇ ਖਿਲਾਫ਼। ਇਹ ਆਪੋ 'ਚ ਉੱਥੇ ਲੱਗੇ ਰਹੇ ਆ, ਪਤਾ ਨਹੀਂ ਕੀ ਇਹਨਾਂ ਦੀ ਗੱਲਬਾਤ ਹੋਈ ਹੈ। ਉਸ ਤੋਂ ਬਾਅਦ ਇਹਨਾਂ ਦੀ ਪੰਚਾਇਤ ਜਿਹੜੀ ਹੈ ਇੰਡੀਅਨ ਮੈਂ ਜਾਂ ਚੇਅਰਮੈਨ ਹੈਗਾ ਉਹਦੇ ਦਫ਼ਤਰ ਹੋਈ ਅਤੇ ਮੈਨੂੰ ਕਹਿੰਦੇ ਤੁਸੀਂ ਚੱਲੋਗੇ ਨਾਲ, ਮੈਂ ਗਿਆ ਨਾਲ ਇਹਨਾਂ ਦੇ, ਉੱਥੇ ਗੱਲਬਾਤ ਹੋਈ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਹਿੰਮਤ ਸਿੰਘ ਹੈਗਾ ਉਹਨੇ ਪ੍ਰੋਪਰਟੀ ਵੇਚੀ ਹੈ, ਕਿਉਂਕਿ ਜਿਹੜੇ ਬੰਦੇ ਨੇ ਪ੍ਰੋਪਰਟੀ ਵੇਚੀ ਕੱਲ੍ਹ ਨੂੰ ਕੋਈ ਝਗੜਾ ਪੈਂਦਾ ਉਹਦੀ ਜ਼ਿੰਮੇਵਾਰੀ ਜਿਹੜੀ ਆ ਹਿੰਮਤ ਸਿੰਘ ਰਿਲਾਇੰਸ ਪੰਪ ਵਾਲੀ 'ਚ ਬਣਦੀ ਹੈ। ਉਸ ਤੋਂ ਬਾਅਦ ਮੈਂ ਕਾਫੀ ਇਹਨਾਂ ਕੋਲ ਜਾਂਦਾ ਰਿਹਾ, ਮੈਂ ਇਹਨਾਂ ਨੂੰ ਗੱਲ ਕਹੀ ਕਿ ਦੇਖੋ ਮੈਂ ਵਪਾਰੀ ਬੰਦਾ, ਮੈਂ ਛੋਟੇ ਮੋਟੇ ਕੰਮਾਂ 'ਚ ਮੈਂ ਆਪਣੇ ਕੋਈ ਵਰਕਰ ਨਾਲ ਕਰੀ ਅੱਜ ਤੱਕ ਨਹੀਂ ਗੱਲ ਕੀਤੀ, ਕਿਉਂਕਿ ਜਦੋਂ ਵਾਰ ਵਾਰ ਮੈਂ ਦੋਨਾਂ ਨੂੰ ਕਹਿੰਦਾ ਸੀਗਾ ਇਹਨਾਂ ਨੇ ਮੈਨੂੰ ਜਿਹੜਾ ਵਾ ਵੀ ਮੈਂ ਹਿੰਮਤ ਸਿੰਘ ਨੂੰ ਬੁਲਾਇਆ ਮੈਂ ਗੱਲ ਕਰਦਾ, ਫਿਰ ਇਹਨਾਂ ਨੇ ਮੇਰੇ ਨਾਲ ਇੱਕ ਵਾਅਦਾ ਕੀਤਾ ਕਿ ਤੁਹਾਨੂੰ ਪੈਸੇ ਜਿਹੜੇ ਆ 25 ਤਰੀਕ ਨੂੰ ਅਸੀਂ ਮੋੜ ਦਿਆਂਗੇ। ਪਰ 25 ਲੰਘਣ ਤੋਂ ਬਾਅਦ ਮੈਂ ਵਾਰ ਵਾਰ ਫਿਰ ਗੱਲ ਕਰਦਾ ਸੀਗਾ। ਉਸ ਤੋਂ ਬਾਅਦ ਜਦੋਂ ਮੈਂ ਸਾਰਾ ਕੁਝ ਦੇਖਿਆ ਵੀ ਇਹਨਾਂ ਦਾ ਕੋਈ ਇਰਾਦਾ ਨਹੀਂ ਬਣਦਾ, ਫਿਰ ਮੈਂ DSP ਸਾਹਿਬ ਨਾਲ ਗੱਲਬਾਤ ਕੀਤੀ ਔਰ ਆਪਣੇ ਪਾਰਟੀ ਦੇ ਲੈਟਰ ਦੇ ਉੱਪਰ ਜਿਹੜੇ ਇਹਨਾਂ ਦੇ ਜਹਿਲੀ ਕਾਗਜ਼ ਸੀਗੇ ਉਹ ਮੈਂ ਡਿਪਟੀ ਸਾਹਿਬ ਨੂੰ ਜਿਹੜੀ ਆ ਦਰਖਾਸਤ ਦੇ ਕੇ ਆਇਆ। ਔਰ ਜਦੋਂ ਇਹਨਾਂ ਨੂੰ ਪਰਵਾਨੇ ਗਏ ਆ, ਇਕੱਠੇ ਨੇ ਉੱਥੇ ਕਰੀ ਅੱਜ ਤੱਕ ਆਏ, ਜਦੋਂ ਮਣੀ ਨੇ ਮੇਰੇ ਨਾਲ ਗੱਲ ਕੀਤੀ, ਮੈਂ ਕਿਹਾ ਜੇ ਭਾਈ ਤੂੰ ਸਾਨੂੰ ਵੇਚਿਆ, ਜੇ ਹਿੰਮਤ ਸਿੰਘ ਤੈਨੂੰ ਕਬਜ਼ਾ ਨਹੀਂ ਦਿੰਦਾ ਤਾਂ ਤੂੰ ਹਿੰਮਤ ਸਿੰਘ ਦੇ ਖਿਲਾਫ਼ ਦਰਖਾਸਤ ਦੇ। ਪਰ ਮੈਂ ਸਮਝਦਾ ਵੀ ਜਦੋਂ ਉੱਥੇ ਵਾਰ ਵਾਰ ਉੱਥੇ ਡਿਪਟੀ ਸਾਹਿਬ ਘੁਮਾਉਂਦੇ ਸੀਗੇ, ਇਹ ਵਾਰ ਵਾਰ ਕਹਿੰਦੇ ਸੀਗੇ ਦਾਰੇ ਦਾ ਨਾਂ ਲੈਂਦੇ ਸੀਗੇ, ਕਿਉਂਕਿ ਜਦੋਂ ਸਾਡੀ ਇੱਕ ਲਾਸਟ ਮੀਟਿੰਗ ਜਿਹੜੀ ਹੈ DSP ਦਫ਼ਤਰ ਹੋਈ ਹੈ ਉਹਦੇ ਵਿੱਚ ਹਿੰਮਤ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਗੱਲ ਕਹੀ ਸੀਗੀ
ਕਿ ਇਹ ਸਾਰੀ ਗੇਮ ਜਿਹੜੀ ਹੈ ਇਹ ਮੇਅਰ ਦੇ ਮੁੰਡੇ ਨੇ ਚਲਾਈ ਹੈ, ਉਹਦੇ ਤੋਂ ਸਾਰੀ ਸਕੀਮ ਚੱਲੀ ਹੈ। ਉਹ ਤੋਂ ਬਾਅਦ ਮੈਂ ਸਮਝਦਾ ਵੀ ਮੇਅਰ ਦਾ ਮੁੰਡਾ ਵੀ ਉੱਥੇ ਆਇਆ, ਉਹ ਇਸ ਵੇਲੇ ਤਿੰਨਾਂ ਚਾਰਾਂ ਦੇ ਬਿਆਨ ਉੱਥੇ ਹੋ ਗਏ ਹੈ ਪਰਚੇ 'ਤੇ। ਮੈਂ ਸਮਝਦਾ ਗੱਲ ਬਿਲਕੁਲ ਪਹੁੰਚੀ ਪਈ ਹੈ। ਔਰ ਜਿਹੜੇ ਲੋਕ ਇਹਨਾਂ ਦੀ ਸਪੋਰਟ ਕਰਦੇ ਆ, ਖਾਸ ਕਰਕੇ ਸੋਨੀ ਭੱਠੇ ਵਾਲਾ ਜਿਹੜਾ ਹੈਗਾ, ਉਹ ਤਾਂ ਆਪ ਐਸੀ ਲੋਕਾਂ ਦੀ ਜ਼ਮੀਨਾਂ ਦੱਬੀ ਫਿਰਦਾ ਵਾ, ਉਹ ਕਿਸੇ ਦੀ ਸਿਫਾਰਿਸ਼ ਕੀ ਕਰੂੰਗਾ। ਵੀ ਮੈਂ ਸਮਝਦਾ ਉਹਦੇ ਵੀ ਜਿਹੜਾ ਐਸੀ ਕਮਿਸ਼ਨ ਵੱਲੋਂ ਪਰਚਾ ਸੋਨੀ ਭੱਠੇ ਵਾਲੇ 'ਤੇ ਹੋਣਾ ਚਾਹੀਦਾ ਵਾ। ਉਹ ਦੂਸਰੀ ਚਾਰ ਪੰਜ ਦਿਨ ਤੋਂ ਲਗਾਤਾਰ ਜਿਹੜੇ ਕਾਂਗਰਸ ਦੇ ਕੌਂਸਲਰ ਹੈਗੇ ਆ, ਉਹ ਵਾਰ ਵਾਰ ਡਿਪਟੀ ਸਾਹਿਬ ਕੋਲ ਜਾਂਦੇ ਆ। ਕੱਲ੍ਹ ਮੈਂ ਵੀ ਜਦੋਂ ਗਿਆ ਵਾ ਡਿਪਟੀ ਸਾਹਿਬ ਦੇ ਕੋਲ, ਇਹ ਕੌਂਸਲਰ ਉੱਥੇ ਆਇਆ ਮਨਜੀਤ ਸਿੰਘ, ਜਦੋਂ ਉਹਨੇ ਸਾਰੀ ਗੱਲ ਸਾਡੀ ਸੁਣੀ, ਉਹ ਕਹਿੰਦਾ ਪ੍ਰਧਾਨ ਜੀ ਸਾਡਾ ਬੰਦਾ ਜਿਹੜਾ ਉਹ ਗਲਤ ਹੈਗਾ। ਮੰਨ ਲਓ ਗਲਤ ਤਾਂ ਆਪ ਹੀ ਹੋਣਾ ਵਾ, ਜੇ ਗਲਤ ਹੈਗਾ ਵਾ ਫਿਰ ਤੁਸੀਂ ਉਹਦੀ ਕਿਉਂ ਮਦਦ ਕਰਦੇ ਪਏ ਆ? ਇਹ ਜਿੰਨੇ ਤਿੰਨੇ ਚਾਰੇ ਹੈਗੇ ਆ, ਦਾਰਾ ਹੋ ਗਿਆ, ਹਿੰਮਤ ਸਿੰਘ ਹੋ ਗਿਆ, ਮੇਅਰ ਦਾ ਮੁੰਡਾ ਹੋ ਗਿਆ, ਜਾਂ ਮਣੀ ਹੋ ਗਿਆ, ਇਹ ਮੈਂ ਨਹੀਂ ਕਹਿੰਦਾ, ਇਹ ਹਿੰਮਤ ਸਿੰਘ ਨੇ ਮੀਡੀਆ ਵਿੱਚ ਗੱਲ ਕਹੀ ਹੈ ਕਿ ਇਹਨਾਂ ਤਿੰਨਾਂ ਚਾਰਾਂ ਦਾ ਰੋਲ ਹੈਗਾ, ਪਰ ਸਭ ਤੋਂ ਪਹਿਲਾ ਪਰਚਾ ਜਿਹੜਾ ਵਾ ਉਹ ਹਿੰਮਤ ਸਿੰਘ ਦੇ ਬਣਦਾ। ਮੈਂ ਉਦੋਂ ਗੱਲ ਕਹੀ, ਸਦਾਜ ਤੁਸੀਂ ਕਰੋੜਾਪਤੀ ਬੰਦੇ ਹੈਗੇ ਆ, ਵੀ ਇਹਦਾ ਮੈਂ ਕਿਹਾ ਤੁਸੀਂ ਲੋਕਾਂ ਦੀਆਂ ਪ੍ਰੋਪਰਟੀਆਂ ਜਿੰਦੇ ਲਾ ਕੇ ਉਹ ਵੇਚਦੇ ਆ? ਮੈਂ ਕਿਹਾ ਇੱਦਾਂ ਤਾਂ ਮੈਂ ਕਹਿ ਦੂੰਗਾ ਫਲਾਣੀ ਆ ਕੋਠੀ ਮੇਰੀ ਪਈ ਹੈ, ਜੰਦਰਾ ਤੋੜ ਕੇ ਮੈਂ ਤੁਹਾਨੂੰ ਦਿਖਾ ਦੂੰਗਾ, ਆਹ ਕੋਠੀ ਮੇਰੀ ਆ ਜੀ, ਪੈਸੇ ਲੈ ਗਾਂ ਜਾਊਂਗਾ, ਅਤੇ ਜ਼ਿੰਮੇਵਾਰੀ ਕਿਹਦੀ ਬਣੀ ਜੀ? ਇਸ ਕਰਕੇ ਅਸੀਂ ਮੈਂ ਆਪਣੇ ਸਾਥੀਆਂ ਨਾਲ ਗੱਲ ਕੀਤੀ ਵੀ ਇੱਦਾਂ ਦਾ ਗੱਲ ਕਰਕੇ ਵੀ ਆਹ ਧੱਕਾ ਹੋਇਆ। ਉਹ ਤੋਂ ਬਾਅਦ ਅਸੀਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ, ਔਰ ਕੱਲ੍ਹ ਵੀ ਮੈਂ ਸਮਝਦਾ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ, ਜਿਹਦੇ ਨਾਲ ਮੈਂ ਸਮਝਦਾ ਕਪੂਰਥਲੇ ਵਿੱਚ ਇਹਨਾਂ ਦੇ ਖਿਲਾਫ਼ ਖਬਰਾਂ ਲੱਗੀਆਂ। ਮੈਂ ਡਿਪਟੀ ਸਾਹਿਬ ਨੂੰ ਅਤੇ SSP ਸਾਹਿਬ ਨੂੰ ਬੇਨਤੀ ਕਰਦਾ ਕਿ ਜਿੰਨੇ ਇਹੋ ਜਿਹੇ ਧੜੇ ਧੜੇ ਜਿਹੜੇ ਆ ਲੋਕਾਂ ਦੀਆਂ ਪ੍ਰੋਪਰਟੀਆਂ ਦੇ ਕਬਜ਼ੇ ਕਰਕੇ ਜਹਿਲੀ ਜੰਦਰੇ ਲਾ ਕੇ ਵੀ ਜਿਹੜੇ ਲੋਕਾਂ ਕੋਲੋਂ ਲੱਖਾਂ ਰੁਪਈਆ ਹੜੱਪਦੇ ਆ, ਇਹਨਾਂ ਦੀਆਂ ਪਹਿਲੀਆਂ ਵੀ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਉਹਨਾਂ 'ਤੇ ਪ੍ਰੋਪਰ ਇਨਕੁਆਇਰੀ ਕਰਕੇ, ਇਹਨਾਂ ਦੇ ਇੱਕ ਪਰਚਾ ਨਹੀਂ ਬਣਦਾ, ਇਹਨਾਂ ਦੇ ਤਿੰਨ ਤਿੰਨ ਚਾਰ ਚਾਰ ਪਰਚੇ ਬਣਦੇ ਪਏ ਆ। ਔਰ ਦੂਸਰੀ SSP ਸਾਹਿਬ ਔਰ ਡਿਪਟੀ ਸਾਹਿਬ ਪੁਲਿਸ ਵੱਲੋਂ ਮੈਂ ਸਮਝਦਾ ਵੀ ਬਹੁਤ ਵਧੀਆ ਕਾਰਵਾਈ ਕੀਤੀ ਗਈ ਹੈ, ਸਮੇਂ ਸਮੇਂ ਸਟੈਪ ਟੂ ਸਟੈਪ। ਮੈਂ ਸਮਝਦਾ ਕਿ ਡਿਪਟੀ ਸਾਹਿਬ ਬੜੇ ਇੱਕ ਹੋਣਹਾਰ ਅਫਸਰ ਹੈਗੇ ਆ, ਉਹਨਾਂ ਨੇ ਪ੍ਰੋਪਰ ਮੇਰੀ ਜਦੋਂ ਗੱਲ ਸੁਣੀ ਉਹਦੇ ਹਿਸਾਬ ਨਾਲ ਮੈਂ ਸਮਝਦਾ ਵੀ ਉਹਨਾਂ ਨੇ ਪਰਚੇ ਤੱਕ ਜਿਹੜੀ ਹੈ ਇਹਨੂੰ ਜਿਹੜਾ ਵਾ ਸਿੱਟੀ 'ਤੇ ਲੈ ਆਉਂਦਾ। ਔਰ ਵਾਰ ਵਾਰ ਜਿਹੜੀਆਂ ਸਿਫਾਰਿਸ਼ਾਂ ਜਾਂਦੀਆਂ ਵੀ ਸਿਫਾਰਿਸ਼ ਜੇ ਇਹਨਾਂ ਕੋਲ ਮਸਲਾ ਹੱਲ ਨਹੀਂ ਹੁੰਦਾ ਜਾਂ ਤਾਂ ਹੁਣ ਰਾਣਾ ਸਾਹਿਬ ਵੀ ਜਿਹੜੇ ਆ ਅਗਲੀ ਮੀਟਿੰਗ 'ਚ ਆ ਜਾਣ। ਔਰ 10 ਤਰੀਕ ਨੂੰ ਮੈਂ ਸਮਝਦਾ ਵੀ ਇੱਕ ਵੱਡੇ ਪੱਧਰ 'ਤੇ ਡਿਪਟੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਵਾਂਗੇ ਕਿ ਇਹਨਾਂ ਚਾਰਾਂ ਦੇ ਉੱਪਰ ਵੀ ਤੁਰੰਤ ਜਿਹੜਾ ਪਰਚਾ ਕੀਤਾ ਜਾਵੇ, ਜੇ ਮੈਂ ਸਮਝਦਾ ਉਹਦੇ ਵਿੱਚ ਕੋਈ ਹਾਨਾਕਾਰੀ ਹੁੰਦੀ ਹੈ ਵੀ ਤੁਰੰਤ ਜਿਹੜਾ ਮੈਂ ਸਮਝਦਾ ਵੀ ਸੁਲਤਾਨਪੁਰ ਰੋਡ ਜਾਮ ਕੀਤਾ ਜਾਊਗਾ। ਔਰ ਜੇ ਚਾੜੇ ਸਾਥੀ ਹੈਗੇ ਆ ਵੀ ਤੁਰੰਤ ਇਹਨਾਂ 'ਤੇ ਮੈਂ ਸਮਝਦਾ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਵੀ ਏਕਤਾ ਪਾਰਟੀ ਨੂੰ ਉਹ ਇਨਸਾਫ਼ ਚਾਹੀਦਾ ਵਾ। ਇਹਦੇ ਨਾਲ ਹੀ ਮੈਂ ਸਮਝਦਾ ਵੀ ਜੈ ਭੀਮ ਜੈ ਭਾਰਤ।